अस्सलाम वालेकुम फ्रेंड, मैं उस्मान और आप देख रहे हैं न्यूज़ फ्रेंड। दोस्तों आज हम यहाँ पर गोभी मंडी में आए हैं, तो आज हम आपको यहाँ पर विज़िट करवाएंगे बकरों का। और यहाँ पर हम रेट पूछेंगे कि अभी जैसे कि अभी ईद में 5 से 6 दिन रिमेनिंग है, और हम यहाँ पर रेट जानेंगे कि रेट अभी बढ़े हैं या कम हुए हैं। तो आप देख सकते हैं कि यहाँ पर माशाल्लाह कितने ही जानवर आए हैं। तो अभी हम यहाँ पर व्यापारी भाई के पास जाएंगे और उनसे रेट की मालूम लेते हैं। तो आज आप हम यहाँ पर चलते हैं। हेलो, अस्सलाम वालेकुम। वालेकुम सलाम। की नाम मेरे पर सफदर अली। कहे लाके दे? बावलपुर दे। कहे जानवर लैके आए? ले ले अपने जी। तो जरा साढ़े देखने वाले भरावान ना जो सारे तो सस्ता ले लिया ना, सस्ते तो सस्ता वो जरा बहाओ कि किन्ने का थोड़े को सारे साढ़े तो सस्ते तो सस्ता ले ला 30,000 का। 30,000 का? हाँ जी। सस्ते तो स्टार्ट के 30,000 वाला ले ला। ले ला जी 30,000 का। ले ला 30,000 रुपये तक। क्या कि नसल का जी? ये जी जिन्हों कहते हैं टैडी दोगला। टैगी टैडी दोगला। हाँ जी सही है। 30,000 का फाइनल? की फाइनल 30,000 रुपये का। ऐसा थले नहीं था? नहीं जी सही है। तो कोई 20,000 दी रेंज कोई जानवर नहीं है? 20,000 वाला कोई नहीं, 25-26 वाला है। 25-26 वाला दिखाओ। हाँ दिखाओ जी 25-26 वाला। ऐ देख लो जी तुसी। चलो होर हां ऐ ही देख लईए। हां जी ऐ किन्ने दा जी? 25,000 दा। ए 25,000 दा सही है। ते इनू किन्ना फाइनल? 25,000 होने जे नु थोड़ा घाटा वधा करोगे? 25 दा फाइनल दवांगे। ते केड़ी नस्ल दा वाला? ए दोगला है जी। ए भी दोगला ही है? हां जी। ते इस तो बाद इस तो थोड़ा उतली रेंज केड़ा आवे? उतली रेंज आ खड़ोता जी। ते एदा की मंगदे हो? एदा असी मांगदे जी 50,000 रुपया। एदा 50,000 रुपया? ते ए भी नस्ल केड़ा है? ਇਹ ਵੀ ਦੋਗਲਾ ਵਾ। ਇਹ ਵੀ ਦੋਗਲਾ ਨਾ? ਸੇਮ ਨਸਲ ਹੈ ਸਾਰੇ? ਹਾਂਜੀ ਸੇਮ ਨਸਲ। ਤੇ ਕਿੰਨੇ ਕਿਲੋ ਦਾ ਹੋਣਾ ਹੁੰਦਾ ਇਹ ਵਾਲਾ ਜਾਨਵਰ? ਇਹ ਲੈ ਲਾ 30 ਕਿਲੋ ਦਾ ਜੀ। 30 ਕਿਲੋ ਦਾ ਜ਼ਿੰਦਾ? ਹਾਂ ਨਹੀਂ ਜੀ ਗੋਸ਼ਤ 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 ਦਾ। ਹਾਂਜੀ ਮੂੰਹ ਤਾਂ ਦੋਂਦਾ ਝੋਕਾ? ਦੋਂਦਾ ਦੋਂਦਾ ਜੀ। ਇਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਕਹਿੰਦੇ ਨੇ 50,000 ਦੀ ਰੇਂਜ 'ਚ ਜਾਨਵਰ ਨੇ ਉਹ ਕਿਹੜੇ ਨੇ? 50,000 ਵਾਲਾ ਆ ਖੜੋਤਾ ਜੀ। ਸਹੀ ਹਠਾਈ ਹੋਈ ਹੈ। ਕਿਹੜੀ ਨਸਲ ਦਾ ਜਾਨਵਰ ਜੀ? ਇਹ ਦੇਸੀ ਆ ਜੀ। ਦੇਸੀ ਨਸਲ ਹੈ? ਹਾਂਜੀ। ਇਹ ਕਿੰਨਾ ਜ਼ਿੰਦਾ ਦਾ ਕੀ ਵਜ਼ਨ ਹੋਏਗਾ ਇਹਦਾ? ਜ਼ਿੰਦਾ ਦਾ 60 ਕਿਲੋ। 60 ਕਿਲੋ? ਹਾਂਜੀ। ਤੇ ਗੋਸ਼ਤ ਦਾ ਹੀ ਹੋਣਾ 30-35 ਕਿਲੋ? ਗੋਸ਼ਤ 30-32 ਕਿਲੋ ਹੋਏਗਾ। ਤੇ ਇਹਨੂੰ ਤੁਸੀਂ ਕਿੱਥੋਂ ਤੱਕ ਫਾਈਨਲ ਸੇਲ ਕਰਨਾ? ਇਹਨੂੰ ਫਾਈਨਲ ਅਸੀਂ ਸੇਲ ਕਰਨਾ 45,000 ਦਾ। 45,000 ਤੋਂ ਥੱਲੇ ਨਹੀਂ ਤੁਸੀਂ ਨਹੀਂ ਕਰਨਾ? ਸਹੀ ਹੈ। ਤੇ ਉਸ ਤੋਂ ਇਲਾਵਾ ਕਹਿੰਦੇ ਨੇ ਐਤਕੀ ਵੇਖੋ ਮਾਸ਼ਾਅੱਲਾ ਕਿੰਨੇ ਬੱਕਰੇ ਆਏ ਨੇ, ਇਹਦਾ ਰੇਟ ਵਧਣ ਦੀ ਉਮੀਦ ਹੈ ਜਾਂ ਘਟੇਗਾ ਚਾਂਦ ਰਾਤ ਤੱਕ? ਐਤਕੀ ਰੇਟ ਵਧੇਗਾ ਜੀ। ਰੇਟ ਵਧੇਗਾ ਜੀ? ਹਾਂਜੀ ਵਧੇਗਾ। ਕਿਉਂਕਿ ਕਹਿੰਦੇ ਨੇ ਨਾ ਕੋਈ ਵੱਡਾ ਵੈੜਾ ਵੀ ਬਹੁਤ ਆਇਆ, ਵੱਡਾ ਜਿਆਦਾ ਜਿਆਦਾ ਬੱਕਰਾ ਥੋੜਾ ਐਤਕੀ, ਬੱਕਰਾ ਥੋੜਾ ਐਤਕੀ, ਤੇ ਫਿਰ ਵੀ ਰੇਟ ਵਧੇਗਾ ਇਹਦਾ? ਹਾਂਜੀ ਰੇਟ ਵਧੇਗਾ। ਸਹੀ, ਬਹੁਤ ਮਿਹਰਬਾਨੀ ਆਪਣਾ ਟਾਈਮ ਦੇਣ ਵਾਸਤੇ। ਠੀਕ ਹੈ, ਸ਼ੁਕਰੀਆ ਜੀ। ਤੋ ਅਭੀ ਹਮ ਯਹਾਂ ਪਰ ਆਗੇ ਵੀ ਚਲਤੇ ਹੋਰ ਆਗੇ ਭਾਈਓ ਸੇ ਰੇਟ ਜਾਣਨੇ ਕੀ ਕੋਸ਼ਿਸ਼ ਕਰਦੇ ਹੋ। ਜੈਸਾ ਕਿ ਅਭੀ ਹਮਨੇ ਆਪਕੋ ਯਹਾਂ ਪਰ ਦਿਖਾਇਆ 20 ਸੇ 25,000 ਕੀ ਰੇਂਜ ਮੇ 25,000 ਕਾ ਜਾਨਵਰ, ਔਰ ਅਬ ਹਮ ਯਹਾਂ ਪਰ ਆਗੇ ਚਲਤੇ ਹੈਂ। ਹੈਲੋ, ਅਸਲਾਮ ਅਲੈਕੁਮ। ਵਾਲੇਕੁਮ। ਕੀ ਨਾਮ ਹੈ ਮੇਰੇ ਭਰਾ ਦਾ? ਮਹਿਮੂਦ। ਮਹਿਮੂਦ ਭਾਈ ਕਿਹੜੇ ਇਲਾਕੇ ਦੇ ਹੋ? ਬਾਵਲਪੁਰ ਦੇ। ਤੇ ਕਿਹੜੇ ਜਾਨਵਰ ਨੇ ਤੁਹਾਡੇ? ਸਾਡੇ ਕੋਈ ਵੀ ਨਹੀਂ। ਕੋਈ ਵੀ ਨਹੀਂ ਜਾਨਵਰ ਲੈ ਕੇ ਆਏ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਭਾਈ? ਠੀਕ ਠਾਕ ਅੱਲਾ ਦਾ ਸ਼ੁਕਰ। ਕਿਹੜੇ ਜਾਨਵਰ ਨੇ ਤੁਹਾਡੇ? ਹੈ ਸਰ। ਤੇ ਤੁਹਾਡੇ ਕੋਲ ਕੋਈ 20,000 ਦੀ ਰੇਂਜ ਜਾਨਵਰ ਹੈ ਵੇ? ਨਹੀਂ ਸਰ, ਨਹੀਂ। 20,000 ਚ ਕੋਈ ਵੀ ਨਹੀਂ? ਨਹੀਂ ਸਰ। ਕੋਈ 21 ਬਾਈ ਦਾ ਵੀ ਹੋਏ? ਨਹੀਂ ਸਰ। ਕਿੰਨੇ ਵਾਲੀ ਰੇਂਜ ਦਾ? 30 ਤੱਕ ਵੀ ਕੋਈ ਨਹੀਂ ਸਰ। 30 ਤੱਕ ਵੀ ਕੋਈ ਨਹੀਂ ਜਾਨਵਰ? ਨਹੀਂ ਸਰ। ਤੇ ਕਿਹੜਾ ਜਾਨਵਰ ਕਿਹੜੀ ਰੇਂਜ ਤੋਂ ਤੁਸੀਂ ਸਟਾਰਟ ਕਰਦੇ ਪਏ ਹੋ? ਤਕਰੀਬਨ 35 ਦੇ ਉੱਤੇ ਉੱਤੇ ਕਰ ਰਹੇ ਹਾਂ। 35 ਦੇ ਉੱਤੇ ਉੱਤੇ? ਕਿਹੜਾ ਜੇ 35 ਵਾਲਾ ਜਾਨਵਰ ਦਿਖਾਓ। 35-36 ਬਸ ਇਸ ਰੇਂਜ, ਛੋਟਾ ਵੱਡਾ ਸ਼ਾਮਿਲ ਹੈ ਸਾਰੇ। ਸਹੀ ਹੈ। ਜਰਾ ਤੁਸੀਂ 35 ਵਾਲਾ ਜਾਨਵਰ ਕੱਢ ਕੇ ਵਿਖਾਇਆ ਹੋਣਾ? ਸਹੀ ਹੈ। ਤੁਸੀਂ 35,000 ਦਾ ਦਿੰਦੇ? ਹਾਂਜੀ ਸਰ। ਇਹਦਾ ਕਿੰਨਾ ਜ਼ਿੰਦਾ ਦਾ ਵਜ਼ਨ ਹੋਣਾ? 28 ਕਿਲੋ ਜ਼ਿੰਦਾ ਹੋਣਾ? ਹਾਂਜੀ। ਤੇ ਮੂੰਹ ਤੋਂ ਦੋਂਦਾ ਝੋਕਾ? ਇਹ ਦੋਂਦਾ ਸਰ। ਤੇ ਨਸਲ ਕਿਹੜੀ ਹੈ? ਨਸਲ ਦਾ ਨਹੀਂ? ਨਸਲ ਦਾ ਨਹੀਂ ਪਤਾ? ਨਹੀਂ ਸਰ। ਸਹੀ ਹੈ। ਤੇ ਇਸ ਤੋਂ ਬਾਅਦ ਕਹਿੰਦੇ ਨੇ ਕੋਈ ਜਿਹੜਾ 30,000 ਦਾ ਜਾਂ 35,000 ਦਾ ਜਾਨਵਰ ਹੈ ਉਹ ਦਿਖਾਓ ਜ਼ਰਾ ਸਾਡੇ ਦੇਖਣ ਵਾਲੇ ਭਰਾਵਾਂ ਨੂੰ। ਹੈ ਵਾਲਾ? ਹੈ ਵਾਲਾ ਜਾਂ ਚਿੱਟਾ? ਹੈ 60,000 ਦਾ। ਚਲੋ ਉਹਨੂੰ ਟੋਕ ਲਓ। ਤੇ ਇਹਦਾ ਕੀ ਪੇ ਮੰਗਦੇ? 40-42 ਇਹਦਾ? 40-42 ਹਾਂਜੀ। ਤੇ ਇਹਨੂੰ ਫਾਈਨਲ ਕਿੰਨੇ ਦੇ ਦੋਗੇ? ਫਾਈਨਲ ਇੰਨਾ ਹੀ ਹੈ ਸਰ। ਇਹਦਾ ਫਾਈਨਲ ਇੰਨਾ ਹੀ? ਹਾਂਜੀ। ਮੈਨੂੰ ਫਿਕਸ ਰੇਟ ਲਾਇਆ ਤੁਸੀਂ ਘਟਣਾ ਨਹੀਂ ਐਤਕੀ? ਨਹੀਂ ਸਰ, ਅਗਰ ਪਿੱਛੋਂ ਸਾਨੂੰ ਮਹਿੰਗਾਈ ਨਾਲ ਅਗਰ ਮੇਰੇ ਤੇ ਅੱਗੋਂ ਵੀ ਅਸੀਂ ਮਹਿੰਗਾਈ ਆਪੀ ਪਾ ਲੈਣੀ ਤਾਂ ਪਿੱਛੋਂ ਖਰੀਦਿਆ ਜੇ? ਨਹੀਂ ਸਰ, ਇਹ ਆਰਜ਼ੀ ਖਰੀਦ ਕੇ ਲਿਆਉਂਦੇ ਆ। ਤੇ ਪਿੱਛੋਂ ਕਿੰਨੇ ਦੀ ਖਰੀਦ ਹੈ? ਪਿੱਛੋਂ ਸਾਰੇ ਤਕਰੀਬਨ 35,000 ਦੀ ਸਾਡੀ ਖਰੀਦ ਹੈ। ਸਹੀ ਹੈ। 35,000 ਦੀ ਤੁਹਾਡੀ ਪਿੱਛੋਂ ਖਰੀਦ ਹੈ ਤੇ ਤੁਸੀਂ ਇਹਨੂੰ ਇੱਥੇ 42,000 45,000 ਦਾ ਵੇਚ? ਸਰ, 2-3,000 ਦਾ ਖਰਚਾ ਪੈ ਜਾਂਦਾ। ਉਸ ਤੋਂ ਬਾਅਦ ਅਸੀਂ ਕਹਿੰਦੇ ਆ ਕਿ 2-3,000 ਸਾਨੂੰ ਬੱਕਰੀ ਪਿੱਛੇ ਵੱਜ ਜਾਵੇ, ਸ਼ੁਕਰ ਅਲਹਮਦੁਲਿਲਾ। ਸਹੀ ਹੈ। ਤੇ ਇਹਦੇ ਨਾਲ ਦਾ ਛੋਟਾ ਦੀ ਦਾ ਕੀ ਮੰਗਦੇ ਹੋ? ਸਰ, ਇਹ ਤੇ ਥੋੜਾ ਬਹੁਤਾ ਫਰਕ ਹੀ ਹੈ। ਤੇ ਉਹ ਪੈਸਿਆਂ ਦਾ ਵੀ ਫਰਕ ਹੋਏਗਾ ਨਾ? ਪੈਸਿਆਂ ਦੇ ਇਹ 39-40 ਬਸ। ਸਹੀ ਹੈ। ਪੈਸੇ ਦਾ 1,000-2,000 ਦੀ ਫਰਕ? ਹਾਂਜੀ। ਚਲੋ ਠੀਕ ਹੈ, ਬਹੁਤ ਮਿਹਰਬਾਨੀ। ਠੀਕ ਹੈ ਸਰ, ਠੀਕ ਹੈ, ਠੀਕ ਹੈ, ਬੜੀ ਮਿਹਰਬਾਨੀ। ਅੱਲਾ ਸਲਾਮ। ਤੋ ਅਭੀ ਹਮਨੇ ਯਹਾਂ ਪਰ ਬੱਕਰੋਂ ਕਾ ਵਿਜ਼ਿਟ ਕੀਆ ਔਰ ਵਨ ਬਾਈ ਵਨ ਭਾਈ ਸੇ ਬੱਕਰੋਂ ਕਾ ਰੇਟ ਪੁੱਛਾ ਤੋ ਉਨ੍ਹੋਂਨੇ ਹਮੇਂ 20-25 ਹਜ਼ਾਰ ਮੇਂ ਤੋ ਉਨਕੇ ਪਾਸ ਕੋਈ ਜਾਨਵਰ ਅਵੇਲੇਬਲ ਨਹੀਂ ਥਾ, 35-40 ਹਜ਼ਾਰ ਕੇ ਰੇਂਜ ਮੇਂ ਜਾਨਵਰ ਦਿਖਾਇਆ।
तो अब हम यहाँ पे दूसरे भाई से पूछते हैं कि उनके पास कौन सी रेंज में जानवर है। हेलो अस्सलाम वालेकुम। वालेकुम सलाम। की नाम मेरे पास नादर अली। नादर भाई कोई ਤੁਹਾਡੇ ਕੋਲ ਕਿਹੜੇ ਲੱਗ ਗਏ ਤੇ ਪਹਿਲੇ ਆ ਦੱਸੋ। ਅਸੀਂ ਬਾਵਲਪੁਰ ਤੋਂ ਸੀ ਜਸਮਾਨ। ਬਾਵਲਪੁਰ ਤੋਂ ਆਏ ਤੁਸੀਂ ਵੀ ਤੇ ਤੁਹਾਡੇ ਕੋਲ ਸਾਨੂੰ ਸਸਤਾ ਜਾਨਵਰ ਕਿਹੜਾ ਹੈ? ਸਭ ਤੋਂ ਸਸਤਾ ਜਾਨਵਰ ਉਹ ਪਰ ਛੋਟਾ ਖੜਾ ਹੈ। ਛੋਟਾ ਉਹਨੂੰ ਤਾਂ ਲੈ ਕੇ ਆਉਣਾ ਹੋਣਾ ਤੇ ਉਹਦੇ ਕੀ ਪੇ ਮੰਗਦੇ ਹੋ ਤਾਂ? ਉਹਦੇ ਅਸੀਂ 27,000 ਮੰਗਦੇ ਹਾਂ। ਉਹ ਨਹੀਂ ਤੁਸੀਂ ਫਿਰ ਬਹੁਤਾ ਰੇਟ ਵੀ ਮੰਗਦੇ ਹੋ। ਤੁਹਾਡੇ ਤੋਂ ਪਿੱਛੇ ਆਨੇ ਫਿਰ 5,000 ਚ ਸਹੀ ਜਾਨਵਰ ਉਹ ਆਇਆ ਤੁਹਾਨੂੰ। ਉਹ ਜਦੋਂ ਲੈਣ ਦੇਣ ਕਰਦੇ ਆ ਉਸ ਟਾਈਮ ਹੋ ਜਾਂਦਾ। ਨਹੀਂ ਤੁਸੀਂ ਸਾਨੂੰ ਇੱਥੇ ਦੇਖੋ, ਅਸੀਂ ਸਾਡੇ ਦੇਖਣ ਵਾਲੇ ਭਰਾ ਨੇ, ਉਹ ਲੈਣ ਦੇਣ ਅਸੀਂ ਤੁਹਾਡੇ ਨਾਲ ਕਰਦੇ ਨੇ। ਤੁਸੀਂ ਆਪਣਾ ਉਹ ਫੈਨਾ ਰੇਟ ਦੱਸੋ ਜਿਹੜਾ ਤੁਸੀਂ ਵੇਚਣਾ ਇੰਨੇ ਚ। ਅਸੀਂ ਇੱਥੇ 22,000-23,000 ਵੇਚਦੇ। ਉਹਨੂੰ 22,000 ਚ ਨੂੰ ਵੇਚਣਾ ਤੁਸੀਂ? ਹਾਂਜੀ। ਉਹਦਾ ਜ਼ਿੰਦਾ ਦਾ ਵਜ਼ਨ ਕਿੰਨਾ ਹੋਣਾ ਹੈ? ਉਹਦਾ ਵਜ਼ਨ ਦਾ ਜ਼ਿੰਦਾ ਦਾ ਵਜ਼ਨ ਤਕਰੀਬਨ 23-24 ਕਿਲੋ ਹੋਣਾ ਹੈ। 23-24 ਕਿਲੋ ਹੋਣਾ ਹੈ। ਤੇ ਉਸ ਤੋਂ ਬਾਅਦ ਕਹਿੰਦੇ ਨੇ ਨਸਲ ਕਿਹੜੀ ਹੈ? ਇਹ ਦੇਸੀ ਆਮ। ਦੇਸੀ ਆਮ ਨਸਲ ਹੈ। ਹਾਂਜੀ। ਉਸ ਤੋਂ ਬਾਅਦ ਇਸ ਤੋਂ ਉੱਤੇ ਰੇਂਜ ਜਿਹੜਾ ਹੁਣ ਇਹੀ ਜਾਨਵਰ ਜਿਹੜਾ ਖਲੋਤਾ ਦਾ ਹੈ, ਉਸ ਤੋਂ ਥੋੜ੍ਹਾ ਜਿਹਾ 19-20 ਦਾ ਹੀ ਫਰਕ ਲੱਗਦਾ। ਫਿਰ ਇਹਦਾ ਕਿਵੇਂ ਮੰਗਦੇ ਹੋ? ਇਹਦਾ 33-34 ਮੰਗ ਰਿਹਾ, 28-29 ਦਾ ਵੇਚ ਰਿਹਾ। 28-29 ਦਾ ਤੁਸੀਂ ਵੇਚਣਾ, 33-34 ਮੰਗਦੇ। ਤੇ ਇਹ ਬੱਕਰਾ ਜਿਹੜਾ ਤੁਸੀਂ ਇਹਨੂੰ 20,000 ਚ ਵੇਚਣਾ ਜਾਂ 22,000 ਚ? 22,000 ਚ ਲੈਣਾ, ਕਿਉਂਕਿ 21,000 ਦੀ ਆਪਣੀ ਖਰੀਦ ਹੈ ਤੇ ਇਸ ਵਜ੍ਹਾ ਤੋਂ ਅਸੀਂ 22,000 ਦਾ ਵੇਚਣਾ। ਇਹ ਤੁਸੀਂ 22,000 ਚ ਲਾਸਟ ਬੱਕਰਾ ਵੇਚਣਾ। ਤੇ ਉਸ ਤੋਂ ਬਾਅਦ ਇਹ ਜਿਹੜਾ ਕਾਲਾ ਚੀਨਾ ਲੱਗਾ ਜਾ, ਇਹਦਾ ਕਿਵੇਂ ਮੰਗਦੇ ਹੋ? ਕਾਲੇ ਚੀਨੇ ਦਾ ਮੰਗ ਰਿਹਾ ਸੀ 40,000 ਰੁਪਏ। 40,000 ਮੰਗ ਰਿਹਾ, ਇਹ 80-85 ਦੇ ਦਰਮਿਆਨ ਵੇਚਾਂਗੇ। 80-85 ਜਾਨਵਰ ਹੈ ਸਾਡੇ ਕੋਲ? ਇਹ ਤਕਰੀਬਨ ਵਜ਼ਨ 100 ਕੇਜੀ ਹੈ। ਤੇ ਟੋਟਲ ਕਿੰਨੇ ਜਾਨਵਰ ਲੈ ਕੇ ਆਏ? ਅਸੀਂ 64 ਲੈ ਕੇ ਆਏ ਸੀ। ਤੇ ਹੁਣ ਤੱਕ ਕਿੰਨੇ ਵੇਚ ਲਏ ਜੇ? ਹੁਣ ਤੱਕ ਅਸੀਂ ਕਮ ਸੇ ਕਮ 20 ਜਾਨਵਰ ਵੇਚ ਲਏ। 20 ਜਾਨਵਰ ਤੇ ਉਹ ਕਿਹੜੀ ਰੇਂਜ ਤੱਕ ਵੇਚੇ ਜੇ? 35-40 ਦੀ ਰੇਂਜ ਜਾਂ ਇਸ ਤੋਂ ਵੀ ਭਾੜਾ ਭਾੜਾ? 65,000 ਤੋਂ ਵੱਧ ਤੋਂ ਵੱਧ 65,000 ਤੱਕ, ਘੱਟ ਤੋਂ ਘੱਟ 25,000 ਤੱਕ। ਸਹੀ ਹੈ, ਬਹੁਤ ਮਿਹਰਬਾਨੀ ਟਾਈਮ ਦੇਣ ਵਾਸਤੇ। ਥੈਂਕ ਯੂ। ਅੱਲਾਹ और अभी हमने यहाँ पर भाई से पूछा और उन्होंने हमें वन बाई वन जानवर का रेट बताया और ये वो जानवर है जो सा हमें मंडी में मिला है ये 22,000 में। वो भाई इसको लास्ट एंड फाइनल इसको 22,000 में सेल करेंगे। तो उम्मीद करता हूँ कि आज की ये हमारी वीडियो आपको अच्छी लगी होगी। और मज़ीद ही ऐसी वीडियो देखने के लिए, इन्फॉर्मेटिव वीडियो देखने के लिए हमारे यूट्यूब चैनल न्यूज़ पॉइंट को सब्सक्राइब कर दें। मिलते हैं नेक्स्ट वीडियो में। अल्लाह हाफिज़।